Hey guys, you are watching the production PK. I am Azim Bukhari. Today I am going to react on a Punjabi song. The name is Don't Worry. Don't Worry song where gaya hai ji Karan Aujla ne. Karan Aujla de song bare apa jinni tareef kari katta kyon inna da last song mai sunya si no need ode te vi reaction ditta agar nahi tusi haje tak video dekhi te mast ja ke na tusi channel te jao visit karo te videos dekho odi no need di video dekho te check karo te mai kehna ki o jadon da main song sunya us to baad meri playlist te add hoya song te raat da bas vajji ja डोंट वरी बारे काफी मतलब के रिक्वेस्ट आई रिएक्शन देना ते रिक्वेस्ट किवें रिजेक्ट कर सकते हैं ते चलो सुनते हैं फिर इना दा सॉन्ग डोंट वरी ओके बीट स्टार्टिंग से कर दिए हल दस केड़ा मसला टिक्की आज गल चकना नी असला पहल ना करा मैं ना ही राजी लड़के कर दस कहनी नब्ज फड़के अख जे कोई रखू मेरी जान दे उते अख दे इशारे नाल मोड़ देने दुख ता सुना नी सारे तोड़ देने तोड़ देने तोड़ देने दुख ता सुना नी सारे तोड़ देने ਬੀਟ ਵੂਫਰ ਫੁੱਲ ਆਵਾਜ਼ ਨਾਲ ਸੁਣਿਆ ਤੁਸੀਂ पता नहीं मैं कितने देखी किस गाने से देखी है बट पहले जरूर किस गाने से देखी और मैं जिवें ही याद आऊंगा मैं दस तक क्या बात है ठीक है जट ना हो जे को हसना हो ठीक क्या बात है जी
song 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 a kudi main dekhi kithe mankrit aulang da jehda song aa us de vich dekhi si ki mankrit aulang da koi bhangde wala song siga us te a kudi pehle dekhi te but apa wapas aaiye song di gal kari song bada class da lagya us to baad ki kehnde ya location yaar mainu pata nahi kyon inna de song di vaah vi vadiya lagdi hai te apa kehnde ha ki location us to baad song di ਜਿਹੜੀ ਬੀਟ ਅਗਰ ਤੁਸੀਂ ਹੈਡਫੋਨ ਲਗਾਓਗੇ ਨਾ ਬੇਸ ਥੋੜ੍ਹੀ ਜਿਹੀ ਉੱਚੀ ਕਰਕੇ ਸੁਣੋਗੇ ਜਾਂ ਕਾਰ ਵਗੈਰਾ ਦੇ ਵਿੱਚ ਤੁਸੀਂ ਸੁਣੋਗੇ ਨਾ ਤੁਹਾਨੂੰ ਬੜਾ ਮਜ਼ਾ ਆਏਗਾ ਯੂ ਨੋ ਤੁਸੀਂ ਜਿਵੇਂ ਬੰਦਾ ਨਾ ਸਸਤਾ ਜਾਂ ਨਸ਼ਾ ਕਹਿ ਭੰਗ ਨਹੀਂ ਪੀ ਲੈਂਦਾ ਕੋਈ ਸਸਤੀ 20-25 ਰੁਪਏ ਵਾਲੀ ਮੁੜ ਕੇ ਬਸ ਘੁੰਮਦਾ ਹੀ ਰਹਿੰਦਾ ਬਸ ਉਵੇਂ ਦੀ ਫੀਲਿੰਗ ਜੀ ਆਉਂਦੀ ਹੈ ਸੁਣ ਕੇ ਨਾ ਕਿ ਬੰਦਾ ਬਸ ਠੁੰਗੇ ਲਾਉਂਦਾ ਰਹੇ ਅਤੇ ਉਸ ਤੋਂ ਬਾਅਦ ਕੀ ਕਹਿੰਦੇ ਆ ਸਟੋਰੀ ਬਾਰੇ ਗੱਲ ਕਰੀਏ ਸਟੋਰੀ ਜਿਹੜੀ ਹੈ ਸਟੋਰੀ ਬਸ ਇਵੇਂ ਹੀ ਆ ਜੱਟ ਅਤੇ ਜਿਹੜੀ ਚੱਟੀ ਆ ਅਤੇ ਬਸ ਉਹਨਾਂ ਦੇ ਗਿਰ ਦੀ ਸਟੋਰੀ ਘੁੰਮਦੀ ਆ ਕਿ ਨਾ ਤਾਂ ਭਾਈ ਚੱਟੀ ਥੱਲੇ ਲੱਗਣ ਵਾਲੀ ਆ ਨਾ ਹੀ ਭਾਈ ਜੱਟ ਜਿਹੜਾ ਉਹ ਥੱਲੇ ਲੱਗਣ ਵਾਲਾ ਹੈ ਅਤੇ ਦੋਵੇਂ ਬਸ ਰੇਂਜ ਰੋਵਰਾਂ 'ਚ ਘੁੰਮਣ ਵਾਲੇ ਬੰਦੇ ਆ ਹੈ ਅਤੇ ਐਂਡ 'ਤੇ ਜਿਵੇਂ ਉਹ ਜੱਟੀ ਕੁੱਟਦੀ ਆ ਬੰਦਿਆਂ ਨੂੰ ਕਿ ਭਾਈ ਤੂੰ ਉਹਦਾ ਡਾਇਲੋਗ ਕੀ ਸੀ ਡਾਇਲੋਗ ਸੀਗਾ ਪਰ ਅੱਜ ਕੱਲ੍ਹ ਹੱਥ ਜੋੜ ਕੇ ਨਹੀਂ ਹੱਥ ਤੋੜ ਕੇ ਠੀਕ ਹੁੰਦੇ ਆ ਇਸ ਦਾ ਵਿੱਚ ਜਿੱਥੇ ਤੱਕ ਮੈਨੂੰ ਸਮਝ ਆਈ ਆ ਇਹੀ ਕਹਿਣਾ ਚਾਹੁੰਦੀ ਆ ਜੱਟੀ ਨੂੰ ਨਹੀਂ ਕਿ ਭਾਈ ਤੁਸੀਂ ਢਗੇ ਰਹੋ ਆ ਜਿਹੜਾ ਪਿੱਛੇ ਮਗਰ ਲੱਗਣ ਵਾਲਾ ਕੰਮ ਆ ਤੰਗ ਕਰਨ ਵਾਲਾ ਫਲਰਟਿੰਗ ਵਾਲਾ ਕੰਮ ਆ ਕੁੜੀਆਂ ਦੇ ਨਾਲ ਅਤੇ ਕਈ ਤਾਂ ਹੱਥ ਜੋੜ ਕੇ ਰਿਕੁਐਸਟਾਂ ਵੀ ਕਰਦੀਆਂ ਕਿ ਭਾਈ ਜਾਨ ਛੱਡ ਦੇ ਜਾਨ ਛੱਡ ਦੇ ਜਾਨ ਛੱਡ ਦੇ ਅਤੇ ਕਈ ਨਹੀਂ ਮੰਨਦੇ ਕਈ ਫਿਰ ਕਈਆਂ ਨੂੰ ਕੀੜਾ ਹੁੰਦਾ ਐਕਚੁਅਲੀ ਕੀੜਾ ਹੁੰਦਾ ਉਹ ਫਿਰ ਤੰਗ ਕਰਦੇ ਆ ਤਾਂ ਕਰਕੇ ਫਿਰ ਉਹਨਾਂ ਨੂੰ ਜੱਟੀਆਂ ਨੂੰ ਵੀ ਸਿੱਧਾ ਹੋਣਾ ਪਿਆ ਅਤੇ ਜਿਵੇਂ ਕਿ ਇਸ ਵੀਡੀਓ 'ਚ ਤੁਸੀਂ ਦੇਖਿਆ ਜੱਟੀ ਹੋਣੀ ਫੁੱਲ ਪੰਪ 'ਚ ਤਾਂ ਹੈ ਅਤੇ ਮੁੜ ਕੇ ਜੱਟੀ ਨੂੰ ਐਂ ਵਜਾ ਰਹੀ ਆ ਗੁੰਡਿਆਂ ਨੂੰ ਅਤੇ ਇਵੇਂ ਹੀ ਅਗਰ ਕੀ ਕਹਿੰਦੇ ਆ ਤੁਸੀਂ ਵੀ ਸੁਸਾਇਟੀ 'ਚ ਕਿਸੇ ਨਾਲ ਦੇ ਨੂੰ ਦੇਖਦੇ ਹੋ ਅਗਰ ਰੋਂਗ ਹੁੰਦਾ ਦੇਖਦੇ ਹੋ ਤਾਂ ਮਸਟ ਉਹਨੂੰ ਰੋਕਣ ਦੀ ਕੋਸ਼ਿਸ਼ ਕਰੋ ਕਿਉਂਕਿ ਰਿਲੇਸ਼ਨ ਜਿਹੜਾ ਨਾ ਫੇਕ ਤਾਂ ਹੋਣਾ ਨਹੀਂ ਚਾਹੀਦਾ ਅਗਰ ਰਿਲੇਸ਼ਨ ਸਟਰੋਂਗ ਆ ਤਾਂ ਫਿਰ ਉਹਨੂੰ ਸਟਰੋਂਗਲੀ ਹੀ ਲੈ ਕੇ ਪਰਮਾਨੈਂਟਲੀ ਹੀ ਚੱਲੋ ਅੱਗੇ ਅਤੇ ਕਿਉਂ ਉਹਨੂੰ ਮਤਲਬ ਤੁਸੀਂ ਟੈਂਪਰੇਰੀ ਬਣਾ ਕੇ ਰੱਖਿਆ ਅਗਲੇ ਦਾ ਵੀ ਟਾਈਮ ਵੇਸਟ ਕਰ ਆਪਣਾ ਵੀ ਟਾਈਮ ਤੁਸੀਂ ਐਵੇਂ ਵੇਸਟ ਕਰ ਰਹੇ ਐਡਾ ਵਿਹਲੇ ਹੋ ਅਤੇ ਕੋਈ ਕੰਮ ਕਾਜ ਕਰ ਲਓ ਹੈ ਅਤੇ ਮੁੜ ਕੇ ਯਾਰ ਕਮੈਂਟ 'ਚ ਜ਼ਰੂਰ ਦੱਸਿਓ ਕਿਹੋ ਜਿਹਾ ਲੱਗਿਆ ਤੁਹਾਨੂੰ ਰਿਐਕਸ਼ਨ ਕਿਹੋ ਜਿਹੀ ਲੱਗੀਆਂ ਤੁਹਾਨੂੰ ਐਨਕਾਂ ਹੈ ਅਤੇ ਉਸ ਤੋਂ ਬਾਅਦ ਸਬਸਕ੍ਰਾਈਬ ਚੈਨਲ ਜ਼ਰੂਰ ਕਰ ਦਿਓ ਅਤੇ ਬੈੱਲ ਆਈਕੋਨ ਵੀ ਖੜਕਾ ਦਿਓ ਉਹਨੂੰ ਹੈ ਅਤੇ ਬਾਕੀ ਬਹੁਤ ਜ਼ਿਆਦਾ ਸ਼ੁਕਰੀਆ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਿਓ ਥੈਂਕ ਯੂ ਸੋ ਮਚ ਟੇਕ ਕੇਅਰ ਐਂਡ ਅੱਲਾ ਹਾਫਿਜ਼